ਸਾਡੇ ਤਾਂ ਉੱਥੇ ਸਿਆਲਕੋਟ ਏਰੀਏ ਦੇ ਵਿੱਚ ਸੁਣਿਆ ਕੋਈ ਬੁਲਾ ਨਿਕਲੀ ਹੈ ਜੰਗਲ ਦੇ ਵਿੱਚੋਂ, ਉਹਦਾ ਮੂੰਹ ਜਿਹੜਾ ਨਾ ਉਹ ਸੇਮ ਕੁੱਤੇ ਵਾਲਾ ਲੇਖਾ ਹੈ ਅਤੇ ਜਿਹੜਾ ਜਿਸਮ ਹੈ ਨਾ ਬੰਦੇ ਵਾਲਾ ਲੇਖਾ ਹੈ, ਅਤੇ ਉਹਨੇ ਲੋਕਾਂ ਦੇ ਭਾਰੂ ਬੜੇ ਨੁਕਸਾਨ ਕੀਤੇ ਨੇ ਜੰਗਲ ਦੇ ਵਿੱਚ, ਜਿਹੜੇ ਬੰਦੇ ਚਾਰਦੇ ਨੇ ਨਾ ਬਾਹਰ, ਉਹ ਬੜਾ ਨੁਕਸਾਨ ਕੀਤਾ ਉਹਨਾਂ ਨੇ। ਹੁਣ ਉਹ ਰੇਂਜਰ ਵਾਲਿਆਂ ਨੇ ਜਿਹੜਾ ਨਾ ਕਮਾਂਡੋ ਵਾਲਿਆਂ ਨੇ ਉਹਨੂੰ ਫੜਿਆ ਹੈ, ਫੜ ਕੇ ਅਤੇ ਉਹਨਾਂ ਨੇ ਮਾਰ ਛੜਿਆ। ਸਿਆਲਕੋਟ ਏਰੀਏ 'ਚ ਨਿਕਲੀ ਹੈ ਬਾਰਡਰ ਏਰੀਏ 'ਚੋਂ, ਠੀਕ ਹੈ। ਇਹਨੇ ਦੱਸਦਾ ਕਿ ਲੋਕਾਂ ਦੀਆਂ ਬੱਕਰੀਆਂ ਜਿਹੜੀਆਂ ਨੇ ਨਾ ਬੰਦੇ ਉਹ ਜੰਗਲ ਦੇ ਨੇੜੇ ਤੇੜੇ ਚਾਰਦੇ ਸਨ, ਬੜਾ ਨੁਕਸਾਨ ਕੀਤਾ ਇਹਨੇ, ਠੀਕ ਹੈ। ਅਤੇ ਦੂਸਰੇ ਨੰਬਰ 'ਤੇ ਬੰਦੇ ਦੇ ਮਗਰ ਲੱਗਦੀ ਸੀ, ਲੇਕਿਨ ਬੰਦੇ ਦੇ ਪਿੱਛੇ ਪਹੁੰਚ ਨਹੀਂ ਸੀ ਸਕਦੀ ਹੈ, ਸਮਝ ਆਈ ਕਿ ਨਹੀਂ ਗਿਆ। ਅਤੇ ਬਹੁਤ ਕੋਈ ਅਜੀਬ ਜਿਹੀ ਚੀਜ਼ ਹੈ ਯਾਰ, ਕੋਈ ਸਮਝ ਚੁੱਕਾ ਬਾਹਰ ਹੈ, ਆ ਜ਼ਿੰਦਗੀ 'ਚ ਪਹਿਲੀ ਦਫ਼ਾ ਦੇਖੀ ਹੈ ਇਹਦੀ ਚੀਜ਼ ਗਿਆ।